ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦਿਨਿਕ ਸਵੇਰਾ ਟਾਈਮਸ ਫੈਸਲੇ ਸੀ ਮੌਜੂਦ ਹੈ ਜਲੰਧਰ ਸ਼ਹਿਰ ਦੇ ਹਨਮਾਨ ਦਾਸਪੁਰਾ ਦਾ ਸ਼ਮਸ਼ਾਨ ਘਾਟ ਦੇ ਬਾਹਰ ਜਿੱਥੇ ਕਿ ਇਹ ਸ਼ਮਸ਼ਾਨ ਘਾਟ ਦੀ ਕਮੇਟੀ ਮੈਂਬਰ ਸਾਡੇ ਨਾਲ ਮੌਜੂਦ ਨੇ ਬੱਬੂ ਨੀਲਕੰਠ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਬੱਬੂ ਜੀ ਇਹਨਾਂ ਜਿਹੜਾ ਜਿਹੜਾ ਹੁਣੇ ਵਿਰੋਧ ਹੋਇਆ ਸਾਰੇ ਮੁਹੱਲਾ ਨਿਵਾਸੀ ਨੇ ਆ ਕੇ ਵਿਰੋਧ ਕੀਤਾ ਕੀ ਹੁਣ ਜਿਹੜਾ ਇਹ ਸੰਸਕਾਰ ਹੋਊਗਾ ਤੇ ਕੋਈ ਸੰਸਕਾਰ ਤਾਂ ਦੇਖੋ ਪ੍ਰਸ਼ਾਸਨ ਕਹਿੰਦੇ ਜੀ ਅਸੀਂ ਕਰਾਣਾ ਹੀ ਕਰ ਠੀਕ ਹੈ ਨੇ ਅੱਗੇ ਕਹਿੰਦੇ ਜੀ ਜਿਹੜੇ ਸਾਡੇ ਰਾਗੀ ਸਿੰਘ ਜਿਹੜੇ ਸੀਗੇ ਭਾਈ ਨਰਮਲ ਸਿੰਘ ਭਾਈ ਨਰਮਲ ਸਿੰਘ ਜੀ ਉਹਨਾਂ ਦੇ ਸੰਸਕਾਰ ਤੋਂ ਪਿੰਡ ਦੇ ਬੰਦਿਆਂ ਨੇ ਕਈਆਂ ਨੇ ਨਾ ਕੀਤਾ ਉਹਦੀ ਕਿੰਨੀ ਬੁਰਾਈ ਹੋਈ ਹੈ ਪੂਰੇ ਦੇਸ਼ 'ਚ ਤੇ ਜੋ ਸਾਡੀ ਸਿੱਖ ਕੌਮ ਦੇਸ਼ 'ਚ ਲੋਕਾਂ ਲਈ ਲੰਗਰ ਲਾ ਰਹੀ ਉਹਦੀ ਤਰੀਫ ਵੀ ਹੋ ਰਹੀ ਹੈ ਇੱਕ ਕਰੋਨਾ ਵਾਇਰਸ ਇੱਕ ਦੇਸ਼ 'ਚ ਬਿਮਾਰੀ ਫੈਲੀ ਹੈ ਜਿਹੜੀ ਕਿ ਕਿਸੇ ਨੂੰ ਵੀ ਹੋ ਸਕਦੀ ਹੈ ਦੇਖੋ ਐਡੀ ਜਿਹੜੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਕਈ ਲੋਕਾਂ ਨੂੰ ਹੋ ਗਿਆ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਇਹ ਬਿਮਾਰੀ ਹੈ ਇਹਦੇ ਵਿੱਚ ਬਹੁਤ ਤੁਹਾਨੂੰ ਪ੍ਰਕੌਸ਼ਨਸ ਲੈਣੇ ਪੈਣੇ ਔਰ ਵਾਕਈ ਹੀ ਇਹ ਏਰੀਆ ਦੇ ਵਿੱਚ ਜਿਹੜੇ ਲੋਕ ਪੜਕੇ ਸੀ ਉਹ ਇਸ ਕਰਕੇ ਪੜਕੇ ਸੀ ਕਿਉਂਕਿ ਇਹ ਬੜਾ ਏਰੀਆ ਕੰਜੈਸਟਿਡ ਏਰੀਆ ਬਾਕੀ ਕਈ ਬੰਦਿਆਂ ਦੀਆਂ ਗੱਲਾਂ ਵਿੱਚੋਂ ਇਹ ਵੀ ਸੀਗਾ ਜੀ ਇਹ ਉਧਰ ਰਹਿੰਦਾ ਸੀ ਜੀ ਇਹ ਕਿਸ਼ਨਪੁਰੇ ਵੱਲ ਰਹਿੰਦਾ ਸੀ ਇਹਨੂੰ ਕਿਸ਼ਨਪੁਰੇ ਜਾਣਾ ਚਾਹੀਦਾ ਸੀ ਦੇਖੋ ਇਹਦਾ ਕੋਈ ਬਾਹਰल्या ਕੰਟਰੀਆਂ ਜੀ ਵੀ ਜਾ ਕੇ ਕਿਸੇ ਦੀ ਵੀ ਡੈਥ ਹੋ ਜਾਂਦੀ ਹੈ ਜਾਂ ਕੋਈ ਬੰਦਾ ਇੱਧਰ ਆ ਕੇ ਡੈਥ ਹੋ ਜਾਂਦੀ ਉਹਦੇ ਵਿੱਚ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਇਹ ਨਹੀਂ ਲਿਖਿਆ ਹੁੰਦਾ ਵੀ ਇੱਥੇ ਸੰਸਕਾਰ ਹੋਣਾ ਜਾਂ ਇੱਥੋਂ ਨਹੀਂ ਕੋਈ ਚੀਜ਼ਾਂ ਵੱਡੀਆਂ ਨਹੀਂ ਹੈ। ਬਾਕੀ ਲੋਕਾਂ ਦੇ ਇਸ ਗੱਲ ਦਾ ਖੋਫ ਬਣਿਆ ਹੋਇਆ। ਕੀ ਕਰੋਨਾ ਵਾਇਰਸ ਜਿਹੜਾ ਫਿਰ ਦੇਖੋ ਹੈ ਵੀ ਹੈ। ਕਿਉਂਕਿ ਜਦੋਂ ਦੇਖਦੇ ਆ ਫਲਾਣੇ ਨੂੰ ਹੋ ਗਿਆ, ਫਲਾਣੇ ਨੂੰ ਹੋ ਗਿਆ। ਟੀਵੀ ਦੇ ਵਿੱਚ ਚੈਨਲਾਂ ਤੇ ਸਾਰਾ ਕੁਝ ਇਹ ਹੀ ਦਿਖਾਈ ਜਾ ਰਿਹਾ। ਉਹਦੇ ਕਰਕੇ ਡਰ ਤਾਂ ਬਣਿਆ ਹੋਇਆ। ਪਰ ਇਹ ਹੁਣ ਇਸ ਕਰਕੇ ਸਾਰੀ ਸੰਗਤ ਇਕੱਠੀ ਹੋਈ ਸੀ, ਇਲਾਕਾ ਨਵਾਸੀ ਇਕੱਠੇ ਹੋਈ ਦੀ। ਉਹਨਾਂ ਨੂੰ ਇਹ ਸਮਝਾਇਆ ਵੀ ਇਹ ਤਾਂ ਕਿਸੇ ਨੂੰ ਵੀ ਹੋ ਸਕਦਾ ਤੁਸੀਂ ਕਿਸੇ ਗੱਲ ਦਾ ਦੇਖੋ ਪ੍ਰਸ਼ਾਸਨ ਇਹ ਗੱਲ ਦੀ ਜ਼ਿੰਮੇਵਾਰੀ ਲੈ ਰਿਹਾ ਸੀ। ਕੀ ਕੱਲ ਨੂੰ ਅਸੀਂ 3 ਟਾਈਮ ਸੈਨੀਟਾਈਜ਼ਰ ਸੈਨੀਟਾਈਜ਼ ਕਰਾਂਗੇ ਇਹਨੂੰ ਦਿਨ ਦੇ ਵਿੱਚ ਸਾਰਾ ਕੁਝ ਕਰਾਂਗੇ ਤੇ ਦੇਖੋ ਜੇ ਕਿਸੇ ਨੂੰ ਹੁੰਦਾ ਹੁਣ ਕਿਸੇ ਨਾ ਕਿਤੇ ਦਾ ਸੰਸਕਾਰ ਹੋਣਾ ਹੀ ਹੈ ਤੇ ਇਹ ਕਹਿੰਦੇ ਸੰਸਕਾਰ ਹੋਣ ਦਾ ਤੜੀ ਦਾ ਸਾਰੀ ਕਮੇਟੀ ਨੇ ਕਿਹਾ ਤਾਂ ਵੀ ਸੰਸਕਾਰ ਹੋਣਾ ਚਾਹੀਦਾ ਸਾਰੇ ਸਰਵਜਮਤ ਨੇ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਜੀ ਸੋ ਤੁਹਾਡੇ ਵੱਲੋਂ ਜਿਹੜਾ ਹੈ ਕੋਈ ਕਿਸੇ ਤਰੀਕੇ ਦੀ ਨਾ ਨਹੀਂ ਕੋਈ ਆਬਜੈਕਸ਼ਨ ਨਹੀਂ ਹੈ ਜੀ ਕਿਸੇ ਨੇ ਵੀ ਨਹੀਂ ਕਿਹਾ ਜੀ ਨਾ ਕਰੋ ਅਸੀਂ ਕਿੰਨੇ ਜੀ ਕੋਈ ਨਹੀਂ ਸੰਸਕਾਰ ਤਾਂ ਕਿਸੇ ਦਾ ਵੀ ਹੋ ਸਕਦਾ ਕਿਤੇ ਵੀ ਹੋ ਸਕਦਾ ਕੋਈ ਗੱਲ ਨਹੀਂ ਇਦਾਂ ਦੀ ਗੱਲ ਨੋ ਨੋ ਸੋ ਇਹ ਸਨ ਕਮੇਟੀ ਮੈਂਬਰਸ ਜਿਹੜਾ ਆਪਣਾ ਸ਼ਮਸ਼ਾਨਘਾਟ ਹੈਗਾ ਹਰਨਾਮਦਾਸਪੁਰਾ ਦਾ ਉਹਦੇ ਕਮੇਟੀ ਮੈਂਬਰਸ ਹਨ ਜਿਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਇਹ ਇਹਨਾਂ ਨੇ ਵੀ ਕਿਹਾ ਕਿ ਜਿਹੜਾ ਮਰੀਜ਼ ਜਿਹੜਾ ਕੱਲ ਐਕਸਪਾਇਰ ਹੋ ਗਿਆ ਅੱਜ ਸਵੇਰੇ ਜਿਹਨਾਂ ਦੇ ਜਿਹੜੇ ਡੈਥ ਹੋਈ ਹੈ ਉਹਨਾਂ ਦਾ ਜਿਹੜਾ ਸੰਸਕਾਰ ਉੱਥੇ ਹੋ ਸਕਦਾ ਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਦੇ ਨਾਲ ਇਹਨਾਂ ਦਾ ਇਹ ਵੀ ਕਹਿਣ ਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਆਸ਼ਵਾਸ਼ਣ ਦਿਵਾਇਆ ਹੈ ਕਿ ਜਿੱਥੇ ਵੀ ਸੰਸਕਾਰ ਕੀਤਾ ਜਾਏਗਾ ਉਸ ਜਗ੍ਹਾ ਨੂੰ ਪ੍ਰੋਪਰ ਤਰੀਕੇ ਦੇ ਨਾਲ ਸੈਨੀਟਾਈਜ਼ ਵੀ ਕੀਤਾ ਜਾਏਗਾ ਕੈਮਰਾ ਪਰਸਨ ਪਰਮਨ ਕਨੌਜੀ ਇਹਦੇ ਨਾਲ ਮੈਂ ਸੈਨਰੂਲਾ टीवी जील तो ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे में च समाधान फ्री फ्री फ्री, फ्री मियां रफीक मोहम्मद मोबाइल 8437494647 8437494648